ਕਿਸੇ ਵਿਦਵਾਨ ਨੇ ਕਿਹਾ ਜੇਕਰ ਮਨਾਂ 'ਚ ਚਾਹ ਹੋਵੇ ਤਾਂ ਲੰਗੜੇ ਵੀ ਨੱਚਣ ਲੱਗ ਜਾਂਦੇ ਨੇ, ਗੂੰਗੇ ਵੀ ਗੁਣਗੁਣਾਉਣ ਲੱਗ ਜਾਂਦੇ ਨੇ। ਸੱਚੀ ਚਾਹ ਦੀ ਕੋਈ ਉਮਰ ਨਹੀਂ ਹੁੰਦੀ। ਇਸ ਕਥਨ ਨੂੰ ਸੱਚ ਹੁੰਦੇ ਵੇਖਿਆ ਅੱਜ ਅਸੀਂ ਬਠਿੰਡਾ ਵਿਖੇ ਜਿੱਥੇ ਹਰ ਨਿਗਮ ਈਵੈਂਟਸ ਵੱਲੋਂ ਮਿਸ ਐਂਡ ਮਿਸਿਜ਼ ਮਾਲਵਾ ਪੰਜਾਬਨ 2020 ਦੇ ਸੈਮੀਫਾਈਨਲ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ। ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚੋਂ ਆਡੀਸ਼ਨ ਹੋਣ ਤੋਂ ਬਾਅਦ ਜੱਜਾਂ ਦੀਆਂ ਪਾਰਖੂ ਨਜ਼ਰਾਂ ਵਿੱਚ ਦੀ ਲੰਘ ਕੇ ਪੰਜਾਬਣ ਮੁਟਿਆਰਾਂ ਅੱਜ ਇੱਥੇ ਬਠਿੰਡਾ ਸੈਮੀਫਾਈਨਲ ਤੱਕ ਪਹੁੰਚੀਆਂ ਨੇ। ਮੁਕਾਬਲੇ ਸੈਮੀਫਾਈਨਲ ਦੇ ਕਿੰਨੇ ਕੁ ਸਖਤ ਹੋਣਗੇ, ਕਿਹੋ ਜਿਹੀ ਉਹ ਤਿਆਰੀ ਨਾਲ ਆਈਆਂ ਨੇ, ਆਓ ਵੇਖਦੇ ਹਾਂ। ਮੈਂ ਇਸ ਮੰਚ ਤੋਂ ਤੁਹਾਨੂੰ ਕਹਿੰਦਾ ਕਿ ਜਿਨ੍ਹਾਂ ਬੱਚਿਆਂ ਦੇ ਐਸ ਟੀਵੀ ਐਕਟਰਸ ਨਿਊਜ਼ ਜਾਂ ਰੇਡੀਓ ਹੋਸਟ ਬਣਨਾ, ਠੀਕ ਹੈ, ਰੇਡੀਓ ਹੋਸਟ ਲਈ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਤੁਹਾਨੂੰ ਕੋਈ ਉਮਰ ਤੁਹਾਨੂੰ ਚਿਹਰਾ ਉਹ ਸੋਹਣਾ ਨਹੀਂ ਚਾਹੀਦਾ, ਆਵਾਜ਼ ਜਿਹੜੀ ਆ ਉਹ ਚਾਹੀਦੀ, ਆਵਾਜ਼ ਦਾ ਮੋਡਿਊਲ ਆਵਾਜ਼ ਦਾ ਹੋਣਾ ਚਾਹੀਦਾ ਫ੍ਰੀ ਆਫ ਕੋਸਟ। ਮੈਂ ਤੁਹਾਨੂੰ ਟ੍ਰੇਨਿੰਗ ਦੇਣ ਦੇ ਵੀ ਤਿਆਰ ਹਾਂ, ਮੰਚ ਦੇਣ ਦੇ ਵੀ ਤਿਆਰ। ਰਹੀ ਗੱਲ ਟੈਲੀਵਿਜ਼ਨ ਹੋਸਟ ਦੇ ਉੱਤੇ, ਉਹ ਵੀ ਮੈਂ ਤੁਹਾਡੇ ਦੇ ਉੱਤੇ ਮਿਹਨਤ ਕਰਨ ਨੂੰ ਤਿਆਰ ਹਾਂ, ਭਾਵੇਂ ਬੋਆਇਜ਼ ਨੇ ਭਾਵੇਂ ਗਰਲਸ ਨੇ। ਬਠਿੰਡੇ ਦੇ ਵਿੱਚ ਮੇਰਾ ਆਫਿਸ ਹੈ, ਕੋਈ ਲੰਮਾ ਚੌੜਾ ਹੈ ਨਹੀਂ, ਪੰਜ ਪੰਜ ਸੱਤ ਸੱਤ ਬੱਚਿਆਂ ਦੇ ਗਰੁੱਪ ਦੇ ਵਿੱਚ ਯੂਆਰ ਮੋਸਟ ਵੈਲਕਮ ਐਨੀ ਟਾਈਮ। ਮੈਂ ਕੋਲੇ ਮੇਰਾ ਨੰਬਰ ਵੀ ਹੈਗਾ ਤੇ ਆਫਿਸ ਵੀ ਹੈਗਾ। ਚੱਲੀ ਆ ਨਹੀਂ ਤਾਂ ਪੇਕੇ ਚੱਲੀ ਆ।
ਇੱਧਰ ਇੱਧਰ ਤੂੰ ਕਿਹਾ ਕਿਵੇਂ ਪੇਟੇ ਚ ਮਾਰ ਕੇ ਲੱਕ ਤੋੜ ਦੂੰ ਲੱਕ ਫਿਰ ਤੇਰਾ ਹੋਣਾ ਨੀ ਲੱਕ ਤੋੜ ਮੇਰੇ ਨਾਲ ਲੈਣਾ ਨੀ ਤੂੰ ਪੰਗਾ ਫਿਰ ਆਪਾਂ ਸਾਰਿਆਂ ਨੂੰ ਪਤਾ ਮਾਵਾਂ ਨੂੰ ਪੁੱਤ ਬਹੁਤ ਪਿਆਰੇ ਹੁੰਦੇ ਨੇ ਈਵਨ ਅੱਜ ਕੱਲ ਧੀਆਂ ਵੀ ਨੇ ਤੇ ਫਿਰ ਮਾਵਾਂ ਪੁੱਤਰ ਦਾ ਪੱਖ ਲੈਂਦੀਆਂ ਨੇ ਤੇ ਸੱਸ ਦੇ ਮੂੰਹ ਦੀ ਵਾਟ ਲਾ ਨੀ ਕੁੜੇ ਤੇਰੀ ਗੱਲ ਸੁਣ ਨੀ ਕਿੱਥੇ ਚੱਲੀ ਅੱਗ ਲਾ ਕੇ ਭੇਜਾਂ ਤੈਨੂੰ ਪੇਕੇ ਤੇ ਗੁੰਨੂ ਕਹਿੰਦੀ ਨੀ ਮਾਤਾ ਜਿਹਦੇ ਐਸੇ ਅੱਗ ਲੱਗਦੀ ਆ ਉਹਦਾ ਕੋਠੇ ਚੜ ਚੜ ਕੇ ਟਰੀ ਆ ਕੋਠੇ ਚੜ ਚੜ ਨੀ ਸਾਰੇ ਫਸਾਦੀ ਜੱਟਾਂ ਆਇਆ ਤੇਰਾ ਲਾਡਲਾ ਜਿਹੜਾ ਖਾ ਲਿਆ ਨਸ਼ਿਆਂ ਨੇ। ਹਾਂਜੀ, ਹੁਣ ਤੁਸੀਂ ਦੇਖਿਆ ਮਿਸ ਐਂਡ ਮਿਸਿਸ ਮਾਲਵਾ ਪੰਜਾਬਨ 2020 ਦੇ ਮੰਚ 'ਤੇ ਮੁਟਿਆਰਾਂ ਵੱਲੋਂ ਆਪਣੀ ਪਰਫੋਰਮੈਂਸ ਦਿਖਾਈ ਗਈ। ਇਸ ਪਰਫੋਰਮੈਂਸ ਲਈ ਉਹਨਾਂ ਨੇ ਕਿੰਨੀ ਕੁ ਤਿਆਰੀ ਕੀਤੀ, ਕਿਉਂਕਿ ਆਡੀਸ਼ਨਾਂ ਦੇ ਵਿੱਚ ਕੁਛ ਹੋਰ ਤਰ੍ਹਾਂ ਦੀ ਤਿਆਰੀ ਹੁੰਦੀ ਹੈ ਅਤੇ ਜਦੋਂ ਸੈਮੀਫਾਈਨਲ 'ਚ ਪਹੁੰਚ ਜਾਈਦਾ ਤਾਂ ਉੱਥੇ ਵੱਡੇ ਮੁਕਾਬਲੇ ਹੁੰਦੇ ਨੇ ਅਤੇ ਉਹਦੇ ਲਈ ਵੱਡੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਨੇ। ਮੁਟਿਆਰਾਂ ਸਾਡੇ ਨਾਲ ਨੇ, ਇਹਨਾਂ ਤੋਂ ਜਾਣਦੇ ਹਾਂ ਕਿੱਥੋਂ ਕਿੱਥੋਂ ਆਈਆਂ ਨੇ, ਕਿਸ ਤਰ੍ਹਾਂ ਦੀ ਤਿਆਰੀ ਦੇ ਨਾਲ ਆਈਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕਿੱਥੋਂ ਆਈਆਂ? ਸਰ, ਮੈਂ ਪਟਿਆਲੇ ਸ਼ਹਿਰ ਦੀ ਰਹਿਣ ਵਾਲੀ ਹਾਂ ਜੀ, ਸ਼ਾਹੀ ਸ਼ਹਿਰ ਪਟਿਆਲਾ। ਉੱਥੇ ਆਡੀਸ਼ਨ ਦੇ ਵਿੱਚ ਜਿਹੜੇ ਤੁਹਾਡੀ ਪਰਫੋਰਮੈਂਸ ਸੀਗੀ ਉਹ ਹੋਰ ਤਰ੍ਹਾਂ ਦੀ ਹੁੰਦੀ ਹੈ, ਹੈ ਨਾ, ਅਤੇ ਜਦੋਂ ਸੈਮੀਫਾਈਨਲ 'ਚ ਪਹੁੰਚ ਜਾਂਦੇ ਹਾਂ ਤਾਂ ਉੱਥੇ ਵੱਡੇ ਮੁਕਾਬਲੇ ਹੁੰਦੇ ਨੇ, ਸਾਰੇ ਪੰਜਾਬ ਦੀਆਂ ਕੁੜੀਆਂ ਪਹੁੰਚੀਆਂ। ਕਿਹੋ ਜਿਹੀ ਤਿਆਰੀ ਨਾਲ ਆਈ? ਸਰ, ਮੈਂ ਤਾਂ ਆਪਣੀ ਫੁੱਲ ਤਿਆਰੀ ਨਾਲ ਆਈ ਹਾਂ। ਮੈਂ ਤਾਂ ਆਡੀਸ਼ਨ 'ਚ ਵੀ ਫੁੱਲ ਤਿਆਰੀ ਕੀਤੀ ਸੀ, ਹੁਣ ਸੈਮੀਫਾਈਨਲ ਦੀ ਵਾਸਤੇ ਵੀ ਬਹੁਤ ਫੁੱਲ ਤਿਆਰੀ 'ਚ ਆਈ ਹਾਂ ਮੈਂ। ਇਹ ਤਾਂ ਫੁੱਲ ਤਿਆਰੀ ਦੇ ਨਾਲ ਆਏ ਨੇ ਅਤੇ ਕਹਿੰਦੇ ਕਿ ਅਸੀਂ ਪੂਰੀ ਬੈਸਟ ਕਰਕੇ ਗਏ ਹਾਂ। ਤੁਸੀਂ ਕਿੱਥੋਂ ਆਏ? ਮੈਂ ਸਿਰ ਧਨੌਲੇ ਤੋਂ ਆਈ ਹਾਂ ਜੀ। ਜੀ, ਧਨੌਲੇ ਤੋਂ। ਆਡੀਸ਼ਨ ਦੇ ਵਿੱਚ ਜਿਹੜੀ ਆਪਣੀ ਪਰਫੋਰਮੈਂਸ ਦਿੱਤੀ ਜਾਂਦੀ ਆ ਉਸ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਵੀ ਰਹਿ ਜਾਂਦੀਆਂ, ਪਰ ਸੈਮੀਫਾਈਨਲ ਦੇ ਵਿੱਚ ਮੁਕਾਬਲਾ ਵੱਡਾ ਹੁੰਦਾ, ਕਿਸ ਤਰ੍ਹਾਂ ਦਾ ਰਿਹਾ? ਮੈਨੂੰ ਬਹੁਤ ਵਧੀਆ ਲੱਗਿਆ, ਬਹੁਤ ਅੱਛਾ, ਮਤਲਬ ਤਿਆਰੀ ਕਰਕੇ ਆਈ ਹਾਂ ਮੈਂ ਅਤੇ ਮੈਨੂੰ ਪੂਰਾ ਹੌਸਲਾ ਵੀ ਹੈ ਕਿ ਮੈਂ ਜਿੱਤ ਕੇ ਵੀ ਜਾਊਂਗੀ ਅਤੇ ਮੈਂ ਫਾਈਨਲ ਰਾਊਂਡ ਦੇ ਵਿੱਚ ਵੀ ਜ਼ਰੂਰ ਪਹੁੰਚੂਗੀ। ਮੈਨੂੰ ਬਹੁਤ ਵਧੀਆ ਲੱਗਿਆ ਅੱਜ ਪਰਫੋਰਮ ਕਰਕੇ, ਮੈਂ ਪੂਰਾ ਦਿਲੋਂ ਪਰਫੋਰਮ ਕੀਤਾ ਹੈ। ਪਰਫੋਰਮ ਕਰਨਾ ਉਹ ਅੱਛਾ ਹੁੰਦਾ ਜਦ ਆਡੀਅੰਸ ਖੁਸ਼ ਹੋਣ, ਆਡੀਅੰਸ ਸਾਰੇ ਖੁਸ਼ ਹੋਏ ਨੇ ਤਾਂ ਮੈਨੂੰ ਬਹੁਤ ਅੱਛਾ ਲੱਗਿਆ। ਜੀ, ਪੂਰਾ ਵਿਸ਼ਵਾਸ ਹੈ ਕਹਿੰਦੇ ਜਿੱਤ ਕੇ ਜਾਵਾਂਗੇ ਔਰ ਪੂਰੇ ਦਾਅਵੇ ਨਾਲ ਕਹਿੰਦੇ ਆ ਕਿ ਮੈਂ ਹੀ ਜਿੱਤਾਂਗੀ। ਹਾਂਜੀ, ਤੁਸੀਂ ਕਿੱਥੋਂ ਆਏ? ਸਰ, ਮੈਂ ਭਗਤਾ ਭਾਈ ਤੋਂ ਬਿਲੋਂਗ ਕਰਦੀ ਹਾਂ ਜੀ। ਆਡੀਸ਼ਨਸ ਤੋਂ ਬਾਅਦ ਹੁਣ ਸੈਮੀਫਾਈਨਲ ਦਾ ਤਜਰਬਾ ਕਿਵੇਂ ਰਿਹਾ? ਬਹੁਤ ਵਧੀਆ ਰਿਹਾ ਸਰ ਤਜਰਬਾ ਮੇਰਾ ਸੈਮੀਫਾਈਨਲ ਦਾ, ਬਟ ਮੈਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੇਰਾ ਬਿਜ਼ੀ ਸਕੈਡੂਲ ਹੋਣ ਕਰਕੇ ਮੇਰੀ ਪ੍ਰੈਪਰੇਸ਼ਨ ਦਾ ਟਾਈਮ ਹੈ ਨਹੀਂ ਸੀ ਮੇਰੇ ਕੋਲ, ਸੋ ਇਸ ਵਾਰ ਵੀ ਮੈਂ ਵਿਦਆਊਟ ਪ੍ਰੈਪਰੇਸ਼ਨ ਹੀ ਹਾਂ, ਬਟ ਫਿਰ ਵੀ ਮੈਨੂੰ ਲੱਗਦਾ ਆ ਵੀ ਮੈਂ ਬਹੁਤ ਵਧੀਆ ਕੀਤਾ। ਐਂਡ ਸਾਰੀ ਆਡੀਸ਼ਨ ਮਤਲਬ ਆਡੀਸ਼ਨਸ ਟਾਈਮ ਵੀ ਸਾਰੇ ਖੁਸ਼ ਸੀਗੇ, ਐਂਡ ਅੱਜ ਸੈਮੀਫਾਈਨਲ ਦੇ ਆਡੀਸ਼ਨਸ ਹੋਇਆ ਤਾਂ ਵੀ ਸਾਰੀ ਖੁਸ਼ੀ ਲੱਗ ਰਹੀ ਸੀ। ਹੋਪ ਫੋਰ ਦਾ ਬੈਸਟ ਜੀ। ਕਹਿੰਦੇ ਸੈਮੀਫਾਈਨਲ ਦੇ ਵਿੱਚ ਮੇਰੇ ਤੋਂ ਸਾਰੇ ਜੱਜਸ ਔਰ ਸਾਰੀ ਆਡੀਅੰਸ ਜਿਹੜੇ ਹੈਗੇ ਨੇ ਖੁਸ਼ ਦਿਖਾਈ ਦਿੱਤੇ ਨੇ, ਅੱਗੇ ਜਾਣਦੇ ਹਾਂ। ਹਾਂਜੀ, ਤੁਸੀਂ ਕਿੱਥੋਂ ਜਾਂਦੇ? ਮੈਂ ਸ਼ਾਹੀ ਸ਼ਹਿਰ ਪਟਿਆਲੇ ਤੋਂ ਬਿਲੋਂਗ ਕਰਦੀ ਹਾਂ ਜੀ। ਪਟਿਆਲਾ ਸ਼ਾਹੀ ਮੁਟਿਆਰੇ ਇੱਕ ਹੋਰ ਸਾਡੇ ਨਾਲ ਹਾਜ਼ਰ ਨੇ, ਤਾਂ ਕਿਹੋ ਜਿਹੀ ਰਹੀ ਤੁਹਾਡੀ ਜਿਹੜੀ ਹੈਗੀ ਸੈਮੀਫਾਈਨਲ ਦੀ ਪਰਫੋਰਮੈਂਸ? ਮੈਂ ਆਪਣੀ ਸਟੱਡੀਜ਼ ਦੇ ਰਿਕਾਰਡਿੰਗ ਬਿਜ਼ੀ ਰਹਿੰਦੀ ਸੀ, ਫਿਰ ਮੈਂ ਕੱਲ੍ਹ ਹੀ ਆਪਣੀ ਆਡੀਸ਼ਨ ਕੱਲ੍ਹ ਹੀ ਪ੍ਰਿਪਰੇਸ਼ਨ ਕੀਤੀ ਆ, ਸੋ ਠੀਕ ਰਿਹਾ, ਮਤਲਬ ਮੈਨੂੰ ਇੰਨੀ ਖੁਸ਼ੀ ਨਹੀਂ ਹੋਈ ਪਰਫੋਰਮ ਕਰਕੇ, ਬਟ ਕਿਉਂ ਤੁਸੀਂ ਇਸ ਮੁਕਾਬਲੇ ਨੂੰ ਸੀਰੀਅਸ ਨਹੀਂ ਲਿਆ? ਨਹੀਂ, ਠੀਕ ਸੀਗਾ। ਨਹੀਂ, ਮੈਂ ਬਹੁਤ ਖੁਸ਼ ਹੋਈ ਹਾਂ ਪਰਫੋਰਮ ਕਰਕੇ, ਕਿਉਂਕਿ ਮੈਂ ਫਸਟ ਟਾਈਮ ਇੱਦਾਂ ਸ਼ੋਅ 'ਚ ਆਈ ਹਾਂ ਅਤੇ ਮੈਂ ਬਹੁਤ ਹੈਪੀ ਫੀਲ ਕਰ ਰਹੀ ਹਾਂ ਵੀ ਮੈਂ ਇੱਥੇ ਤੱਕ ਵੀ ਆਈ, ਬਹੁਤ ਵੱਡੀ ਗੱਲ ਹੈ ਮੇਰੇ ਲਈ ਜੀ। ਇਹ ਕਹਿੰਦੇ ਮੈਂ ਇੱਥੋਂ ਤੱਕ ਪਹੁੰਚੀ, ਇਹ ਵੀ ਮੇਰੇ ਲਈ ਬਹੁਤ ਵੱਡੀ ਗੱਲ ਆ, ਅਤੇ ਹੁਣ ਅੱਗੇ ਇੱਕ ਹੋਰ ਮੈਡਮ ਖੜੇ ਨੇ ਉਹਨਾਂ ਤੋਂ ਪੁੱਛਦੇ ਹਾਂ ਜੀ, ਤੁਸੀਂ ਕਿੱਥੋਂ ਆਏ? ਜੀ, ਮੇਰਾ ਨਾਮ ਹਰਮੀਤ ਹੈ, ਮੈਂ ਸ਼੍ਰੀ ਮੁਕਤਸਰ ਸਾਹਿਬ ਤੋਂ ਬਿਲੋਂਗ ਕਰਦੀ ਹਾਂ ਅਤੇ ਮੈਂ ਫਸਟ ਟਾਈਮ ਇੱਦਾਂ ਦਾ ਪ੍ਰੈਜ਼ੈਂਟ ਦੇਖਿਆ ਔਰ ਲਾਈਫ 'ਚ ਫਸਟ ਟਾਈਮ ਵੀ ਮੈਂ ਮਤਲਬ ਆਡੀਸ਼ਨਸ ਤੋਂ ਬਾਅਦ ਸੈਮੀਫਾਈਨਲ ਦੇ ਵਿੱਚ, ਔਰ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮਤਲਬ ਇਹ ਮੰਚ ਲੜਕੀਆਂ ਨੂੰ ਪ੍ਰਦਾਨ ਕੀਤਾ ਔਰ ਬਹੁਤ ਅੱਛਾ ਲੱਗਿਆ। ਹਾਂ, ਥੋੜ੍ਹੀ ਕਿਉਂਕਿ ਫਸਟ ਨੰਬਰ ਮੇਰਾ ਹੀ ਸੀ ਔਰ
ਪਹਿਲਾਂ ਮੈਨੂੰ ਥੋੜ੍ਹਾ ਨਰਵਸ ਹੋਈ ਮੈਂ, ਬਟ ਅੱਛਾ ਲੱਗਿਆ ਕਿ ਚਲੋ ਕਿਸੇ ਨੇ ਤਾਂ ਸ਼ੁਰੂਆਤ ਕਰਨੀ ਹੁੰਦੀ ਹੈ, ਬਟ ਮੈਨੂੰ ਲੱਗਿਆ ਕਿ ਥੋੜ੍ਹੀ ਕਮੀ ਰਹਿ ਗਈ ਕਿਉਂਕਿ ਥੋੜ੍ਹੀ ਬਹੁਤ ਸਰੀਰਕ ਵੀ ਹੁੰਦੀਆਂ ਨਾ ਪ੍ਰੋਬਲਮਸ, ਤਾਂ ਮੈਂ ਫਿਰ ਵੀ ਲੜਕੀਆਂ ਬਹੁਤ, ਬਟ ਜੋ ਮੇਰੇ ਤੋਂ ਅਗਾਂਹ ਆਈਆਂ ਸੀ ਨੈਕਸਟ ਟਾਈਮ ਸਭ ਲੜਕੀਆਂ ਪਟਾਕਾ ਸੀ ਮਾਈ ਲੌਂਗ, ਮਤਲਬ ਮੈਂ ਮਤਲਬ ਇੰਨੀ ਜ਼ਿਆਦਾ ਉਹਨਾਂ ਦੇ ਵਿੱਚ ਐਨਰਜੀ ਸੀ ਨਾ ਕਿ ਮੈਨੂੰ ਇੱਕ ਵਾਰ ਤਾਂ ਲੱਗਿਆ ਸੀ ਵੀ ਜੋ ਸਟੇਜ ਆ ਨਾ ਕਿਤੇ ਹਿੱਲ ਨਾ ਜਾਵੇ, ਬਹੁਤ ਜ਼ਿਆਦਾ ਹਲਕਾ ਜਿੱਦਾਂ ਇਹਨਾਂ ਦਾ ਸੀ ਤਾਂ ਨਾ ਲਾਲਿਆਂ ਦਾ, ਅਤੇ ਪਟਿਆਲੇ ਤੋਂ ਲੜਕੀ ਖੜੀ ਹੈ, ਮਤਲਬ ਬਹੁਤ ਅੱਛਾ ਕੀਤਾ ਉਹਨਾਂ ਨੇ, ਮੈਂ ਬਹੁਤ ਮਤਲਬ ਮਾਣ ਹੁੰਦਾ ਜਦੋਂ ਇੱਦਾਂ ਲੜਕੀਆਂ ਮਤਲਬ ਆਪਦੀ ਹੁੰਦੀ ਆ ਨਾ, ਜਦੋਂ ਇੱਕ ਐਸੈਂਟ ਹੁੰਦੀ ਆ ਨਾ ਬੱਚਿਆਂ ਦੇ ਵਿੱਚ ਕਿ ਜਦੋਂ ਆਪਣੀ ਉਮਰ ਦੇ ਹੱਦ ਦੇ ਮੁਤਾਬਿਕ ਮਤਲਬ ਆਪਾਂ ਕਹਿੰਦੇ ਹਾਂ ਕਿ ਚਲੋ ਤੋੜ ਦੇਣਾ ਸਭ ਕੁਛ, ਹੈ ਨਾ, ਮਤਲਬ ਬਹੁਤ ਅੱਛਾ ਲੱਗਿਆ, ਮੈਂ ਬਹੁਤ ਖੁਸ਼ ਹਾਂ, ਆਮ ਸੋ ਹੈਪੀ। ਘਰੋਂ ਮੱਥ ਕੇ ਆਏ ਸੀ ਵੀ ਤੋੜਨਾ, ਪਰ ਇੱਥੇ ਤੋੜ ਨਹੀਂ ਪਾਈ? ਨਹੀਂ ਦੇਖੋ ਮਤਲਬ ਮੇਰੀ ਸੋਚ ਉੱਦਾਂ ਦੀ ਨਹੀਂ, ਮੈਂ ਸੋਚਦੀ ਹਾਂ ਕਿ ਦੇਖੋ ਮੈਂ ਕਰ ਸਕਦੀ ਹਾਂ ਅਤੇ ਇਹ ਵੀ ਕਰ ਸਕਦੀਆਂ, ਅਤੇ ਉਹਨਾਂ ਦੇ ਵਿੱਚ ਉਹਨਾਂ ਦੀ ਆਪਣੀਆਂ ਕੁਆਲਿਟੀਜ਼ ਆ ਔਰ ਪਰਮਾਤਮਾ ਨੇ ਮੈਨੂੰ ਆਪਣੀਆਂ ਕੁਆਲਿਟੀਜ਼ ਦਿੱਤੀਆਂ ਅਤੇ ਮੈਨੂੰ ਆਪਦੀ 'ਤੇ ਮਾਣ ਹੈ, ਅਤੇ ਮੈਂ ਉਹਨਾਂ ਭੈਣਾਂ 'ਤੇ ਬਹੁਤ ਮਾਣ ਆ, ਮਤਲਬ ਜੋ ਹਜੇ ਮਿਸਿਸ ਰਾਊਂਡ ਚੱਲ ਰਿਹਾ ਮੈਂ ਉਹਨਾਂ 'ਤੇ ਬਹੁਤ ਜ਼ਿਆਦਾ ਮਾਣ ਕਰਦੀ ਹਾਂ ਕਿ ਉਹਨਾਂ ਨੇ ਆਪਦੀ ਗ੍ਰਹਿਸਥੀ ਦੇ ਨਾਲ ਨਾਲ ਜਿਹੜਾ ਇਸ ਪ੍ਰੈਜੈਂਟ 'ਚ ਪਾਰਟੀਸਪੇਟ ਕੀਤਾ, ਮਤਲਬ ਮੈਂ ਹੈਰਾਨ ਹਾਂ ਕਿ ਮੈਂ ਇੱਦਾਂ ਦੀਆਂ ਮਤਲਬ ਲੜਕੀਆਂ ਦੇਖੀਆਂ ਨਹੀਂ ਮਤਲਬ ਬਾਹਰ, ਮਤਲਬ ਬਹੁਤ ਜ਼ਿਆਦਾ ਅੱਛੀਆਂ। ਅੱਗੇ ਚੱਲਦੇ ਹਾਂ, ਉਹਨਾਂ ਦਾ ਕੀ ਕਹਿਣਾ? ਹਾਂਜੀ, ਕਿੱਥੋਂ ਆਏ ਹੋ? ਮੇਰਾ ਨਾਮ ਇਕਬਾਲਜੀਤ ਕੌਰ, ਮੈਂ ਲੁਧਿਆਣੇ ਸ਼ਹਿਰ ਦੇ ਇੱਕ ਛੋਟੇ ਜਿਹੇ ਪਿੰਡ ਕਿਸ਼ਨਗੜ੍ਹ ਤੋਂ ਰਹਿੰਦੀ ਜੀ। ਆਡੀਸ਼ਨ ਤੋਂ ਬਾਅਦ ਸੈਮੀਫਾਈਨਲ 'ਚ ਪਹੁੰਚਣਾ ਵੀ ਆਪਣੇ ਆਪ ਲਈ ਮਾਣ ਵਾਲੀ ਗੱਲ ਹੁੰਦੀ ਹੈ ਨਾ, ਸੈਮੀਫਾਈਨਲ ਦਾ ਮੁਕਾਬਲਾ ਕਿਵੇਂ ਰਿਹਾ? ਮੇਰਾ ਸੈਮੀਫਾਈਨਲ ਦਾ ਮੁਕਾਬਲਾ ਬਹੁਤ ਹੀ ਵਧੀਆ ਰਿਹਾ, ਈਵਨ ਜਦੋਂ ਆਡੀਸ਼ਨਸ ਹੋਈ ਸੀ ਮੈਂ ਪਟਿਆਲੇ ਤੋਂ ਆਡੀਸ਼ਨ ਦਿੱਤਾ ਸੀ ਅਤੇ ਉੱਥੇ ਜਦੋਂ ਮੈਂ ਕੁੜੀਆਂ ਦੇਖੀਆਂ ਸਭ ਬਹੁਤ ਜ਼ਬਰਦਸਤ ਸੀ, ਬਟ ਇੱਥੇ ਆ ਕੇ ਜਦੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਸਾਰੇ ਸ਼ਹਿਰਾਂ ਤੋਂ ਕੁੜੀਆਂ ਆਈਆਂ ਨੇ ਤਾਂ ਉਹਨਾਂ ਦੀ ਪਰਫੋਰਮੈਂਸ ਦੇਖ ਕੇ ਮੈਨੂੰ ਲੱਗ ਰਿਹਾ ਕਿ ਜੋ ਗ੍ਰੈਂਡ ਫਿਨਾਲੇ ਦੀ ਤਿਆਰੀ ਆ ਪੂਰੀ ਖਿੱਚ ਕੇ ਹੋਰ ਜ਼ਿਆਦਾ ਕਰਨੀ ਪੈਣੀ ਆ। ਜਿੱਦਾਂ ਕਿ ਮੈਂ ਵਰਕ ਕਰ ਰਹੀ ਹਾਂ ਐਜ਼ ਅਸਿਸਟੈਂਟ ਪ੍ਰੋਫੈਸਰ ਇਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਸੋ ਆਈ ਆਲਸੋ ਹੈਵ ਅ ਬਿਜ਼ੀ ਸਕੈਡਿਊਲ, ਬਟ ਉਹਦੇ ਸਾਈਡ ਬਾਏ ਸਾਈਡ ਮੈਨੂੰ ਇਹ ਤਿਆਰੀ ਕਰਨੀ ਵੀ ਉਨੀ ਹੀ ਜ਼ਰੂਰੀ ਹੈ ਕਿਉਂਕਿ ਕੰਪੀਟੀਸ਼ਨ ਬਹੁਤ ਹਾਰਡ ਹੁੰਦਾ ਜਾ ਰਿਹਾ, ਅਤੇ ਇਹਨਾਂ ਦੀ ਅੱਜ ਸਾਰਿਆਂ ਦੀ ਪਰਫੋਰਮੈਂਸ ਦੇਖ ਕੇ ਜੋਸ਼ ਵੀ ਆ ਰਿਹਾ, ਕੁਛ ਨਵਾਂ ਵੀ ਸਿੱਖਿਆ ਅਤੇ ਆਪਣਾ ਵੀ ਕੁਛ ਟੈਲੈਂਟ ਦਿਖਾਇਆ। ਅੱਜ ਦੀ ਪਰਫੋਰਮੈਂਸ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਕਿੱਥੇ ਖੜਾ ਮਹਿਸੂਸ ਕਰਦੇ ਹੋ, ਅੱਗੇ ਗ੍ਰੈਂਡ ਫਿਨਾਲੇ ਲਈ ਜਾਓਗੇ? ਬਿਲਕੁਲ, ਐਬਸੋਲਿਊਟਲੀ ਮੈਂ ਜਾਵਾਂਗੀ, ਕਿਉਂਕਿ ਕਹਿੰਦੇ ਨੇ ਕਿ ਮਿਹਨਤ ਨੂੰ ਫਲ ਲੱਗਦਾ ਹੀ ਲੱਗਦਾ, ਤੁਸੀਂ ਜਿੰਨੀ ਮਿਹਨਤ ਕਰੋਗੇ ਉਨਾ ਉਹਨੂੰ ਫਲ ਲੱਗੇਗਾ, ਬਾਕੀ ਆਪਾਂ ਗ੍ਰੈਂਡ ਫਿਨਾਲੇ ਦੇ ਲਈ ਹੋਰ ਖਿੱਚ ਕੇ ਤਿਆਰੀ ਕਰਨੀ ਹੈ ਤਾਂ ਕਿ ਆਪਾਂ ਫਾਈਨਲ ਜਿੱਤ ਜਾਈਏ। ਬਿਲਕੁਲ ਜੀ, ਕਹਿੰਦੇ ਮਿਹਨਤ ਨੂੰ ਫਲ ਲੱਗਦਾ ਹੀ ਲੱਗਦਾ, ਜਿੰਨੀ ਤੁਸੀਂ ਮਿਹਨਤ ਕਰੋਗੇ ਅਤੇ ਉਸਦਾ ਜਿਹੜਾ ਹੈਗਾ ਅੱਗੇ ਤੁਹਾਨੂੰ ਕ੍ਰੈਡਿਟ ਮਿਲੇਗਾ ਹੀ ਮਿਲੇਗਾ। ਸਾਰੇ ਪ੍ਰਤੀਯੋਗੀ ਆਪਣੀ ਆਪਣੀ ਪਰਫੋਰਮੈਂਸ ਤੋਂ ਪੂਰੇ ਖੁਸ਼ ਮਹਿਸੂਸ ਹੋ ਰਹੇ ਨੇ, ਉਹਨਾਂ ਨੇ ਕਿੰਨੀ ਕੁ ਵਧੀਆ ਪਰਫੋਰਮੈਂਸ ਦਿੱਤੀ, ਔਰ ਅੱਗੇ ਜਿਹੜਾ ਹੈਗਾ ਸੈਮੀਫਾਈਨਲ ਤੋਂ ਛਾਲ ਮਾਰ ਕੇ ਹੁਣ ਉਹ ਗ੍ਰੈਂਡ ਫਿਨਾਲੇ 'ਚ ਪਹੁੰਚਣਗੇ ਜਾਂ ਨਹੀਂ ਪਹੁੰਚਣਗੇ, ਇਹ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿਹੋ ਜਿਹੀ ਉਹਨਾਂ ਨੇ ਜਿਹੜੀ ਹੈਗੀ ਆ ਤਿਆਰੀ ਕਰਨੀ ਹੈ ਅੱਗੇ ਗ੍ਰੈਂਡ ਫਿਨਾਲੇ ਲਈ। ਹਾਂਜੀ, ਤੁਸੀਂ ਕਿੱਥੋਂ ਆਏ? ਹਾਂਜੀ ਸਰ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਮੈਂ ਮੁਕਤਸਰ ਸਾਹਿਬ ਤੋਂ ਆਈ ਹਾਂ। ਮੈਂ ਸਭ ਤੋਂ ਪਹਿਲਾਂ ਮੈਡਮ ਅਮਰਜੀਤ ਮੈਡਮ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਪਲੇਟਫਾਰਮ ਦਿੱਤਾ ਜਿੱਥੇ ਅਸੀਂ ਆਪਦੀ ਪਰਫੋਰਮੈਂਸ ਦੇ ਸਕੀਏ। ਮੈਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਵੀ ਮਿਸਿਜ਼ ਵਾਲੇ ਵੀ ਕੰਪੀਟੀਸ਼ਨ ਹੁੰਦੇ ਆ, ਸਾਨੂੰ ਮਿਸਿਜ਼ ਨੂੰ ਇਹ ਮਤਲਬ ਪਲੇਟਫਾਰਮ ਮਿਲਿਆ, ਮੈਂ ਇਹਨਾਂ ਕਰਕੇ ਅਮਰਜੀਤ ਮੈਮ ਦਾ ਧੰਨਵਾਦ ਕਰਦੀ ਹਾਂ। ਮੁਕਾਬਲਾ ਕਿੰਨਾ ਕੁ ਸਖਤ ਸੀ, ਕਿਹੋ ਜਿਹੇ ਸਵਾਲ ਜਵਾਬ ਰਹੇ? ਮੁਕਾਬਲਾ ਬਹੁਤ ਸਖਤ ਸੀ ਜੀ, ਅਤੇ ਡਰ ਵੀ ਲੱਗ ਰਿਹਾ ਅੱਗੇ ਦੀ ਵੀ ਮਤਲਬ ਬਹੁਤ ਤਿਆਰੀ ਕਰਕੇ ਆਵਾਂਗੇ। ਗ੍ਰੈਂਡ ਫਿਨਾਲੇ ਲਈ ਮੁਕਾਬਲੇ ਹੋਰ ਵੀ ਸਖਤ ਹੋਣਗੇ, ਬਿਲਕੁਲ ਕਰੀਮ ਉੱਥੇ ਚੁਣ ਕੇ ਜਾਏਗੀ, ਤੁਸੀਂ ਅੱਗੇ ਤਿਆਰੀ ਕਿਹੋ ਜਿਹੀ ਕਰੋਗੇ ਹੁਣ ਗ੍ਰੈਂਡ ਫਿਨਾਲੇ? ਅੱਗੇ ਤਿਆਰੀ ਜੀ, ਇਦੋਂ ਪਹਿਲਾਂ ਨਾ ਮੈਂ ਤੁਹਾਨੂੰ ਇਹ ਵੀ ਦੱਸ ਦਿੰਦੀ ਹਾਂ, ਮੈਂ 10 ਸਾਲ ਹੋ ਗਏ ਮਤਲਬ ਇਸ ਕੰਮ ਨਾਲ ਟੁੱਟ ਚੁੱਕੀ ਸੀ, ਅਤੇ 10 ਸਾਲ ਬਾਅਦ ਮੈਂ ਆਈ ਹਾਂ ਮਿਸਿਜ਼ ਵਾਲੇ ਕੰਪੀਟੀਸ਼ਨ ਦਾ, ਮੈਨੂੰ ਨਹੀਂ ਪਤਾ ਸੀ, ਬਟ ਹੁਣ ਜਦੋਂ ਆਈ ਹਾਂ ਨਾ ਸੈਮੀਫਾਈਨਲ 'ਚ ਐਂ ਲੱਗ ਰਿਹਾ ਕਿ ਹਾਂ ਬਹੁਤ ਤਿਆਰੀ ਕਰਨੀ ਪਊ ਬਈ, ਆਪਦੇ ਆਪ ਨੂੰ ਐਂ ਤਾਂ ਸਮਝਦੇ ਨਾ ਵੀ ਮੈਂ ਹੀ ਹਾਂ ਬਸ,
ਮੈਂ ਹੀ ਕਰਕੇ ਜਾਊਂਗੀ, ਪਰ ਪਤਾ ਤਾਂ ਉੱਥੇ ਲੱਗਣਾ ਜਾ ਕੇ ਕੀ ਬਣਦਾ ਗਾ। ਫੁੱਲ ਤਿਆਰੀ ਦੇ ਨਾਲ ਆਵਾਂਗੇ ਜੀ, ਅਤੇ ਰੱਬ ਦੀ ਮਿਹਰ ਲਈ ਤਾਂ ਜਿੱਤ ਕੇ ਵੀ ਜਾਵਾਂਗੇ। ਕਹਿੰਦੇ ਜੀ ਪਤਾ ਤਾਂ ਉੱਥੇ ਲੱਗਣਾ, ਚਾਂਦੀ ਕਿਹੜੇ ਭਾਅ ਵਿਕਦੀ ਹੈ, ਅੱਗੇ ਪੁੱਛਦੇ ਆ ਇਹਨਾਂ ਤੋਂ। ਹਾਂਜੀ ਤੁਸੀਂ ਕਿੱਥੋਂ ਆਏ ਹੋ? ਸਤਿ ਸ਼੍ਰੀ ਅਕਾਲ ਸਰ, ਮੈਂ ਪਟਿਆਲੇ ਤੋਂ ਆਈ ਹਾਂ ਜੀ। ਜੀ ਸ਼ਾਹੀ ਸ਼ਹਿਰ ਪਟਿਆਲਾ, ਪਟਿਆਲੇ ਤੋਂ ਕਾਫੀ ਮੁਟਿਆਰਾਂ ਆਈਆਂ ਨੇ, ਹੈ ਨਾ? ਜੀ ਸਰ, ਬਹੁਤ ਜਣੇ। ਆਪਣੀ ਪਰਫਾਰਮੈਂਸ ਤੋਂ ਕਿੰਨੇ ਕੁ ਖੁਸ਼ ਹੋ? ਬਹੁਤ ਖੁਸ਼ ਹਾਂ ਸਰ। ਜੱਜਸ ਨੇ ਇੱਕ ਤੁਹਾਨੂੰ ਕਮੈਂਟ ਕੀਤਾ ਸੀ ਵੀ ਤੁਸੀਂ ਬਿਲਕੁਲ ਸਿੰਪਲ ਕਿਉਂ ਬਣ ਕੇ ਆਏ ਹੋ, ਅਸੀਂ ਵੀ ਜਾਣਨਾ ਚਾਹਾਂਗੇ। ਗੱਲ ਇਹ ਸੀਗੀ, ਇਹਨਾਂ ਨੇ ਪਹਿਲਾਂ ਐਵੇਂ ਕਿਹਾ ਸੀਗਾ ਵੀ ਜਿਹੜਾ ਵੀ ਆਪਣਾ ਕੁਛ ਵੀ ਹੋਣਾ ਚਾਹੀਦਾ ਤਾਂ ਸੱਭਿਆਚਾਰਕ ਹੋਣਾ ਚਾਹੀਦਾ, ਪਰ ਉੱਥੇ ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਮਤਲਬ ਕਿ ਆਪਾਂ ਐਕਟ 'ਚ ਘੁਸ ਕੇ ਕਰ ਸਕਦੇ ਹਾਂ ਨਾ ਕੰਮ ਜੋ ਵੀ ਕਰਦੇ ਹਾਂ, ਜਿਵੇਂ ਉਰੇ ਹਾਰ ਸ਼ਿੰਗਾਰ ਲਾ ਕੇ ਆਉਂਦੀ ਫਿਰ ਉਹਨੂੰ ਪਤਾ ਨਹੀਂ ਲੱਗਣਾ ਸੀਗਾ ਇਹ ਬੁੱਢੀ ਦਾ ਰੋਲ ਹੈ ਕੀ ਹੈ। ਇਹ ਗੱਲ ਇਹਨਾਂ ਨੇ ਉਰੇ, ਵੈਸੇ ਮੈਨੂੰ ਗਲਤ ਲੱਗੀ, ਪਰ ਇਹਨਾਂ ਨੇ ਕਿਹਾ ਸੱਭਿਆਚਾਰਕ ਹੋਣਾ ਚਾਹੀਦਾ ਸੀਗਾ, ਪਰ ਸਰ ਨੇ ਕਿਹਾ ਵੀ ਮੈਨੂੰ ਐਵੇਂ ਵਧੀਆ ਨਹੀਂ ਲੱਗਿਆ ਵੀ ਕਿਉਂਕਿ ਲਈ ਵੀ ਇਹ ਸੱਭਿਆਚਾਰਕ ਆ, ਕਿ ਇਹ ਬਸ ਵੈਸੇ ਗਲਤ ਗੱਲ ਆ ਸਰ ਦੀ ਬਹੁਤ। ਉਹਨਾਂ ਨੇ ਕਿ ਮਿਸਬਿਹੇਵ ਕਿਹਾ ਸੀਗਾ ਵੀ ਮਿਸਬਿਹੇਵ ਨਹੀਂ ਕਰਨਾ ਤਾਂ ਕਰਕੇ ਮੈਂ ਬੋਲੀ ਨਹੀਂ ਉੱਥੇ। ਗ੍ਰੈਂਡ ਫਿਨਾਲੇ ਲਈ ਕਿੰਨੀਆਂ ਕੁ ਤਿਆਰੀਆਂ ਨੇ? ਗ੍ਰੈਂਡ ਫਿਨਾਲੇ ਲਈ ਸਰ ਇਸ ਤੋਂ ਵੱਧ ਤਿਆਰੀਆਂ ਕਰਾਂਗੇ, ਪੂਰੀ ਉਮੀਦ ਹੈ ਜੀ। ਕਹਿੰਦੇ ਗ੍ਰੈਂਡ ਫਿਨਾਲੇ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਕਰਾਂਗੇ। ਇੱਕ ਮੁਟਿਆਰ ਹੋਰ ਖੜੇ ਨੇ, ਹਾਂਜੀ ਤੁਸੀਂ ਕਿੱਥੋਂ ਆਏ ਹੋ? ਸਤਿ ਸ਼੍ਰੀ ਅਕਾਲ ਸਰ, ਮੈਂ ਪਟਿਆਲੇ ਤੋਂ ਸਰ। ਲਓ ਜੀ ਇਹ ਵੀ ਪਟਿਆਲਾ ਸਾਹੀ ਮੁਟਿਆਰ ਨੇ। ਹਾਂਜੀ ਪਟਿਆਲੇ ਵਾਲੇ ਮੱਥ ਕੇ ਆਏ ਆ ਸਾਰੇ ਵੀ ਆਪਾਂ ਧਾਬਾ ਬੋਲਣਾ ਬਠਿੰਡੇ ਜਾ ਕੇ। ਹਾਂਜੀ ਹਾਂਜੀ ਜੀ, ਅੱਜ ਦੀ ਪਰਫਾਰਮੈਂਸ ਤੋਂ ਕਿੰਨਾ ਕੁ ਖੁਸ਼ ਹੋ? ਸਰ ਬਹੁਤ ਕੁਛ, ਆਪਣੇ ਵੱਲੋਂ ਬੈਸਟ ਦਿੱਤਾ, ਬਾਕੀ ਜੱਜਿਸ 'ਤੇ ਡਿਪੈਂਡ ਕਰਦਾ ਵੀ ਉਹਨਾਂ ਨੇ ਕਿਵੇਂ ਸਾਨੂੰ ਅੱਗੇ ਲੈ ਕੇ ਜਾਣਾ ਜਾਂ ਨਹੀਂ, ਬਟ ਆਪਣੇ ਵੱਲੋਂ ਪੂਰਾ ਬੈਸਟ ਦਿੱਤਾ। ਗ੍ਰੈਂਡ ਫਿਨਾਲੇ 'ਚ ਅੱਗੇ ਕਰੀਮ ਜਾਊ ਸਾਰੇ ਪੰਜਾਬ ਦੇ ਵਿੱਚੋਂ, ਅਤੇ ਆਪਦੇ ਆਪ ਨੂੰ ਹੁਣੇ ਤੋਂ ਹੀ ਜਿਹੜਾ ਹੈਗਾ ਕਿਵੇਂ ਪ੍ਰਿਪੇਅਰ ਕਰੋਗੇ? ਬਸ ਹੁਣ ਦੇਖ ਕੇ ਜਾ ਰਹੇ ਹਾਂ ਵੀ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ, ਬਟ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀ ਵਧੀਆ ਅੱਗੇ ਜਾਈਏ ਅਤੇ ਪੂਰੀ ਕੋਸ਼ਿਸ਼ ਕਰੀਏ ਜਿੱਤਣ ਦੀ। ਜੀ ਦੋਸਤੋ ਇਹ ਸਨ ਉਹ ਮੁਟਿਆਰਾਂ ਜਿਨ੍ਹਾਂ ਨੇ ਮੰਚ 'ਤੇ ਆਪਣੀ ਪਰਫੋਰਮੈਂਸ ਦਿੱਤੀ। ਆਪਣੇ ਆਪ ਵੱਲੋਂ ਪੂਰਾ ਆਪਣੇ ਆਪ ਨੂੰ ਇਹ ਕਹਿ ਰਹੇ ਨੇ ਕਿ ਅਸੀਂ ਬੈਸਟ ਤੋਂ ਬੈਸਟ ਪਰਫੋਰਮੈਂਸ ਦਿੱਤੀ ਆ ਔਰ ਖੁਸ਼ ਨੇ, ਔਰ ਗ੍ਰੈਂਡ ਫਿਨਾਲੇ ਲਈ ਹੋਰ ਉਮੀਦਾਂ ਔਰ ਹੋਰ ਤਕੜੀ ਮਿਹਨਤ ਇਹ ਕਰਨ ਦੀ ਜਿਹੜੀ ਹੈਗੇ ਨੇ ਦਾਅਵਾ ਕਰਦੇ ਨੇ। ਅੱਗੇ ਚੱਲਦੇ ਹਾਂ ਜੀ, ਜਾਣਦੇ ਹਾਂ ਪ੍ਰਬੰਧਕਾਂ ਤੋਂ ਕਿ ਉਹ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਗ੍ਰੈਂਡ ਫਿਨਾਲੇ ਦਾ ਪ੍ਰਬੰਧ ਕਰਨਗੇ। ਗ੍ਰੈਂਡ ਫਿਨਾਲੇ ਦੇ ਵਿੱਚ ਵੱਡੇ ਪੱਧਰ ਦੇ ਜਿਹੜੇ ਹੈਗੇ ਸਿਤਾਰੇ ਪਹੁੰਚਣਗੇ, ਔਰ ਗ੍ਰੈਂਡ ਫਿਨਾਲੇ ਦੀਆਂ ਜਿਹੜੀਆਂ ਹੈਗੀਆਂ ਤਿਆਰੀਆਂ ਕਿੰਨੀਆਂ ਕੁ ਵੱਡੇ ਪੱਧਰ 'ਤੇ ਹੋਣਗੀਆਂ ਜਾਣਦੇ ਹਾਂ। ਅੱਗੇ ਚੱਲਦੇ ਹਾਂ ਆਪਾਂ ਪ੍ਰਬੰਧਕਾਂ ਕੋਲ। ਹਰ ਨਿਗਮ ਈਵੈਂਟਸ ਦੇ ਪ੍ਰਬੰਧਕ ਸਾਡੇ ਨਾਲ ਨੇ। ਅੱਜ ਸੈਮੀਫਾਈਨਲ ਦੇ ਮੁਕਾਬਲੇ ਤੁਸੀਂ ਦੇਖੇ, ਹਰ ਪ੍ਰਤੀਯੋਗੀ ਨੇ ਆਪਣਾ ਅੱਡੀ ਚੋਟੀ ਦਾ ਜ਼ੋਰ ਲਾਇਆ ਫਾਈਨਲ 'ਚ ਪਹੁੰਚਣ ਦੇ ਲਈ। ਕਿਸ ਤਰ੍ਹਾਂ ਦੇ ਅੱਜ ਪ੍ਰਬੰਧ ਕੀਤੇ ਗਏ, ਕਿਸ ਤਰ੍ਹਾਂ ਦਾ ਜਿਹੜਾ ਇਹ ਪਰਫੋਰਮੈਂਸ ਰਹੀ, ਹਰ ਨਿਗਮ ਈਵੈਂਟਸ ਦੇ ਪ੍ਰਬੰਧਕਾਂ ਕੋਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਸੈਮੀਫਾਈਨਲ ਹੋਣੇ ਪੜਿਆ, ਹਾਂਜੀ, ਕਿਸ ਤਰ੍ਹਾਂ ਦੇ ਪ੍ਰਬੰਧ ਸਨ ਔਰ ਕਿੱਥੋਂ ਕਿੱਥੋਂ ਜਿਹੜੇ ਸੀਗੇ ਪ੍ਰਤੀਯੋਗੀ ਆਏ ਸਨ, ਅਤੇ ਅੱਗੇ ਗ੍ਰੈਂਡ ਫਿਨਾਲੇ ਲਈ ਜਿਹੜਾ ਹੈਗਾ ਕਿਸ ਤਰ੍ਹਾਂ ਦੀਆਂ ਤਿਆਰੀਆਂ? ਸਰ ਗ੍ਰੈਂਡ ਫਿਨਾਲੇ ਲਈ ਆਪਾਂ ਬਹੁਤ ਜ਼ਿਆਦਾ ਉਤਸ਼ਾਹਿਤ ਹੈ, ਕੰਟੈਸਟੈਂਟ ਵੀ ਬਹੁਤ ਜ਼ਿਆਦਾ ਉਤਸ਼ਾਹਿਤ ਨੇ। ਆਪਣੇ 30 ਕੰਟੈਸਟੈਂਟ ਇੱਥੋਂ ਚੁਣੇ ਗਏ ਨੇ ਜਿਹੜੇ ਕਿ ਗ੍ਰੈਂਡ ਫਿਨਾਲੇ ਦੇ ਵਿੱਚ ਜਾਣਗੇ, ਅਤੇ ਉੱਥੇ ਜ਼ੂਰੀ ਮੈਂਬਰ ਆ ਜਿਹੜੇ ਉਹ ਵੀ ਆਪਣੇ ਸਟਾਰਕਾਸਟ ਹੋ ਰਹੇ ਨੇ, ਅਤੇ ਆਪਣੇ ਜਿਹੜੇ ਕੰਟੈਸਟੈਂਟ ਸੀ ਇਹ ਸਾਰੇ ਕੰਟੈਸਟੈਂਟ ਆਪਾਂ ਲੁਧਿਆਣਾ, ਪਟਿਆਲਾ, ਮਾਨਸਾ, ਮੁਕਤਸਰ, ਬਠਿੰਡਾ ਤੋਂ ਚੁਣ ਕੇ, ਅਤੇ ਹੁਸ਼ਿਆਰਪੁਰ, ਤਰਨ ਤਾਰਨ ਤੋਂ ਵੀ ਆਈਆਂ ਸੀ ਕੁੜੀਆਂ, ਉਹਨਾਂ ਨੂੰ ਚੁਣ ਕੇ ਅੱਗੇ ਲੈ ਕੇ ਜਾ ਰਹੇ ਹਾਂ ਜੀ। ਗ੍ਰੈਂਡ ਫਿਨਾਲੇ ਬਹੁਤ ਵੱਡਾ ਇੱਕ ਈਵੈਂਟ ਹੁੰਦਾ, ਗ੍ਰੈਂਡ ਫਿਨਾਲੇ ਦੀਆਂ ਹੁਣੇ ਤੋਂ ਤੁਹਾਡੇ ਦਿਮਾਗ ਦੇ ਵਿੱਚ ਤੁਸੀਂ ਤਿਆਰੀਆਂ ਵਿਢਲੀਆਂ ਹੋਣਗੀਆਂ, ਠੀਕ ਹੈ ਨਾ? ਗ੍ਰੈਂਡ ਫਿਨਾਲੇ ਦੀਆਂ ਤਿਆਰੀਆਂ ਦਾ ਤੁਸੀਂ ਕਿਹੋ ਜਿਹਾ ਪ੍ਰਬੰਧ ਕਰਨ ਜਾ ਰਹੇ ਹੋ? ਗ੍ਰੈਂਡ ਫਿਨਾਲੇ ਓਬਵੀਅਸਲੀ ਗ੍ਰੈਂਡ ਹੀ ਹੋਏਗਾ। ਉਹਦੇ ਵਿੱਚ ਕੀ ਹੈ ਕਿ ਰੈਂਪ ਵਾਕ, ਟੈਲੈਂਟ ਰਾਊਂਡ, ਇਹ ਦੋਨੇ ਰੱਖੇ ਜਾਣਗੇ, ਅਤੇ ਸਿੰਗਰ ਵੀ ਆ ਰਹੇ ਨੇ, ਅਤੇ ਬਹੁਤ ਹੀ ਜ਼ਿਆਦਾ ਗ੍ਰੈਂਡ ਧਮਾਲਾ ਪਾਉਣ ਵਾਲੇ ਹਾਂ ਆਪਾਂ ਗ੍ਰੈਂਡ ਫਿਨਾਲੇ ਦੇ ਵਿੱਚ।
ਜੱਜਮੈਂਟ ਦੀ ਭੂਮਿਕਾ ਕਹਿੰਦੇ ਬੜੀ ਅਹਿਮ ਹੁੰਦੀ ਹੈ, ਕਿਉਂਕਿ ਜਿੰਨੀਆਂ ਮੁਟਿਆਰਾਂ ਜਿੱਥੇ ਪਹੁੰਚੀਆਂ ਨੇ ਜੱਜਾਂ ਦੀ ਪਾਰਖੂ ਅੱਖ ਵਿੱਚ ਦੀ ਲੰਘ ਕੇ ਆਈਆਂ ਨੇ, ਅਤੇ ਜੱਜਮੈਂਟ ਲਈ ਕਰਨ ਲਈ ਜਿਹੜੇ ਪਹੁੰਚੇ ਨੇ ਉਹ ਵੀ ਬੜੇ ਪਾਰਖੂ ਅਤੇ ਉੱਪਰਲੀਆਂ ਸਟੇਜਾਂ ਤੋਂ ਹੋ ਕੇ ਆਏ ਨੇ। ਹਰਪ੍ਰੀਤ ਕੌਰ ਪਟਿਆਲਾ ਤੋਂ ਆਏ ਨੇ, ਜਿਹੜੇ ਕਿ ਮਿਸ ਵਰਲਡ ਪੰਜਾਬਣ ਦੇ ਫਸਟ ਰਨਰ ਅਪ ਰਹੇ ਨੇ। ਉਹਨਾਂ ਤੋਂ ਜਾਣਦੇ ਹਾਂ ਕਿਸ ਤਰ੍ਹਾਂ ਦਾ ਟੈਲੈਂਟ ਅੱਜ ਦੇਖਣ ਨੂੰ ਮਿਲਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਜੱਜਮੈਂਟ ਲਈ ਆਏ ਹੋ, ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਅਤੇ ਅੱਜ ਮੁਟਿਆਰਾਂ ਦਾ ਜਿਹੜਾ ਹੈਗਾ ਕਿਹੋ ਜਿਹਾ ਤੁਹਾਨੂੰ ਪਰਫੋਰਮੈਂਸ ਦੇਖਣ ਨੂੰ ਮਿਲੀ, ਕੀ ਉਹਨਾਂ ਦੇ ਵਿੱਚ ਕਮੀਆਂ ਪੇਸ਼ੀਆਂ ਨਜ਼ਰ ਆਈਆਂ, ਅੱਗੇ ਜਿਹੜੀਆਂ ਗ੍ਰੈਂਡ ਫਿਨਾਲੇ ਦੇ ਵਿੱਚ ਗਈਆਂ ਨੇ ਉਹ ਲੜਕੀਆਂ ਕਿੰਨੇ ਕੁ ਦਮ ਆਪਦਾ ਇੱਥੋਂ ਦਿਖਾ ਕੇ ਗਈਆਂ ਨੇ? ਜਿੰਨੀਆਂ ਵੀ ਲੜਕੀਆਂ ਸੀਗੀਆਂ ਉਹਨਾਂ ਨੇ ਬਹੁਤ ਹੀ ਵਧੀਆ ਤਿਆਰੀ ਕੀਤੀ ਹੋਈ ਸੀ ਸੈਮੀਫਾਈਨਲ ਦੀ। ਅਸੀਂ ਕੋਸ਼ਿਸ਼ ਕੀਤੀ ਆਪਣੇ ਵੱਲੋਂ ਕਿ ਉਹਨਾਂ ਲੜਕੀਆਂ ਨੂੰ ਚੂਜ਼ ਕਰੀਏ ਜਿਹੜੀਆਂ ਗ੍ਰੈਂਡ ਫਿਨਾਲੇ ਦੇ ਵਿੱਚ ਹੋਰ ਜ਼ਿਆਦਾ ਧਮਾਲਾ ਪਾ ਸਕਣ। ਜਿੰਨੀਆਂ ਉਹਨਾਂ ਦੀਆਂ ਕਮੀਆਂ ਪੇਸ਼ੀਆਂ ਸੀ ਉਹਨਾਂ ਨੂੰ ਨਾਲ ਦੱਸਿਆ ਕਿ ਤੁਸੀਂ ਇੱਥੋਂ ਤੁਹਾਡੀ ਕਮੀ ਹੈਗੀ ਹੈ, ਇਹਨੂੰ ਤੁਸੀਂ ਇਸ ਤਰ੍ਹਾਂ ਦੂਰ ਕਰ ਸਕਦੇ ਹੋ। ਬਾਕੀ ਸੱਭਿਆਚਾਰ ਦੇ ਪੱਖੋਂ ਵੀ ਉਹਨਾਂ ਨੂੰ ਕਾਫੀ ਨੌਲੇਜ ਅਸੀਂ ਦਿੱਤੀ ਹੈ ਵੀ ਉਹਨਾਂ ਨੂੰ ਦੱਸਿਆ ਵੀ ਇਹ ਸਾਡਾ ਪੰਜਾਬੀ ਸੱਭਿਆਚਾਰ ਹੈ, ਤਾਂ ਕਿ ਗ੍ਰੈਂਡ ਫਿਨਾਲੇ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਜਿਹੜੀ ਫੇਸ ਨਾ ਕਰਨੀ ਪਵੇ ਉਸ ਵਿਸ਼ੇ 'ਤੇ। ਜੀ ਹਰਪ੍ਰੀਤ, ਦੇਖਣ ਨੂੰ ਆਇਆ ਕਿ ਬਹੁਤ ਸਾਰੇ ਜਿਹੜੇ ਪ੍ਰਤੀਯੋਗੀ ਸਨ ਇੱਕੋ ਹੀ ਗੀਤ 'ਤੇ ਕਈ ਜਣਿਆਂ ਨੇ ਜਿਹੜੀਆਂ ਹੈਗੀਆਂ ਆਪਣੀਆਂ ਪਰਫੋਰਮੈਂਸ ਦਿੱਤੀਆਂ, ਬਹੁਤ ਦੇ ਵਿੱਚ ਕਮੀਆਂ ਪੇਸ਼ੀਆਂ ਦੇਖਣ ਨੂੰ ਮਿਲੀਆਂ, ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਤੁਸੀਂ ਕਿਵੇਂ ਨੋਟ ਕੀਤਾ, ਔਰ ਕਿਹੜੇ ਕਿਹੜੇ ਉਹ ਆਪਾਂ ਕਹਿ ਸਕਦੇ ਹਾਂ ਕਿ ਪੈਰਾਮੀਟਰਸ ਸਨ ਜਿਨ੍ਹਾਂ ਦੇ ਆਧਾਰ 'ਤੇ ਤੁਸੀਂ ਅੱਗੇ ਜਿਹੜੇ ਹੈਗੇ ਨੇ ਪ੍ਰਤੀਯੋਗੀ ਫਾਈਨਲ 'ਚ ਲੈ ਕੇ ਗਏ ਹੋ? ਦੇਖੋ, ਹਰੇਕ ਦਾ ਜੱਜਮੈਂਟ ਦਾ ਤਰੀਕਾ ਅਲੱਗ ਹੁੰਦਾ, ਬਟ ਮੇਰਾ ਜਿਹੜਾ ਤਰੀਕਾ ਹੈ ਉਹ ਇਹ ਸੀਗਾ ਕਿ ਪਹਿਲੇ ਨੰਬਰ 'ਤੇ ਸੀ ਉਹਨਾਂ ਦੀ ਜਿਹੜੀ ਬੋਲਣ ਲਈ ਉਹਨਾਂ ਦਾ ਕੌਨਫੀਡੈਂਸ ਕਿੰਨਾ ਸੀਗਾ, ਉਹਨਾਂ ਨੇ ਆਪਣੇ ਆਪ ਨੂੰ ਕਿਸ ਤਰ੍ਹਾਂ ਸਟੇਜ ਦੇ ਉੱਤੇ ਪੇਸ਼ ਕੀਤਾ, ਉਹਨਾਂ ਦੀ ਪੇਸ਼ਕਾਰੀ ਕੀ ਸੀਗੀ, ਕਿੰਨੀ ਉਹਨਾਂ ਨੂੰ ਨੌਲੇਜ ਸੀਗੀ ਸੱਭਿਆਚਾਰ ਦੇ ਬਾਰੇ, ਕੀ ਉਹਨਾਂ ਦਾ ਪਹਿਰਾਵਾ ਸੀ, ਜਿਹੜਾ ਉਹਨਾਂ ਨੇ ਪਹਿਰਾਵਾ ਪਾਇਆ ਸੀ ਉਹਦੇ 'ਚ ਉਹਨਾਂ ਨੇ ਪੰਜਾਬੀ ਸੱਭਿਆਚਾਰ ਦੇ ਨਾਲ ਮਿਲਦੇ ਹੋਏ ਕਿੱਦਾਂ ਦੇ ਗਹਿਣੇ ਪਾਏ ਸੀ, ਕਿੱਦਾਂ ਉਹਨਾਂ ਨੇ ਆਪਣੇ ਆਪ ਨੂੰ ਸਵਾਰਿਆ ਸੀ, ਕਿੱਦਾਂ ਉਹ ਤਿਆਰ ਹੋਈਆਂ ਸੀ, ਇਹ ਸਾਰੀਆਂ ਚੀਜ਼ਾਂ ਅਸੀਂ ਨੋਟ ਕੀਤੀਆਂ। ਅਤੇ ਉਹਨਾਂ ਨੇ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ, ਜਿਵੇਂ ਕਈ ਲੜਕੀਆਂ ਸੀ ਜਿਨ੍ਹਾਂ ਨੇ ਪੁਰਾਣੇ ਗਾਣੇ ਉਹਦੇ ਵਿੱਚ ਡਾਂਸ ਕਰਨ ਦੇ ਲਈ ਆਪਣੇ ਚੂਜ਼ ਕੀਤੇ, ਅਤੇ ਕੁਛ ਲੜਕੀਆਂ ਸੀ ਜਿਨ੍ਹਾਂ ਨੇ ਜਿਹੜੇ ਅੱਜ ਕੱਲ੍ਹ ਚੱਲ ਰਹੇ ਹੈ ਰੀਮਿਕਸ ਹੋ ਕੇ ਉਹ ਚੂਜ਼ ਕੀਤੇ। ਤਾਂ ਕੋਸ਼ਿਸ਼ ਸਾਡੀ ਇਹੀ ਸੀਗੀ ਵੀ ਉਹਨਾਂ ਨੂੰ ਸਾਰਿਆਂ ਨੂੰ ਇਹ ਦੱਸਿਆ ਜਾਏ ਕਿ ਬਹੁਤ ਸਾਰੇ ਪੁਰਾਣੇ ਸਾਡੇ ਕਿੰਨੇ ਬੜੇ ਪੁਰਾਣੇ ਗਾਣੇ ਆ, ਸੁਰਿੰਦਰ ਕੌਰ ਜੀ ਦੇ ਨੇ ਅਤੇ ਪ੍ਰਕਾਸ਼ ਕੌਰ ਜੀ ਦੇ ਨੇ, ਬਹੁਤ ਸਾਰੇ ਗਾਣੇ ਨੇ ਜਿਨ੍ਹਾਂ 'ਤੇ ਉਹ ਡਾਂਸ ਕਰ ਸਕਦੀਆਂ, ਉਹਨਾਂ ਨੂੰ ਅੱਗੇ ਲਿਆ ਸਕਦੀਆਂ, ਕਿਉਂਕਿ ਜਿਹੜੇ ਟਾਈਮ ਦੇ ਨਾਲ ਲੁਪਤ ਹੋ ਗਏ ਨੇ ਜਿਹੜੇ ਸਾਡੇ ਪੁਰਾਣੇ ਲੋਕ ਸੀਗੇ ਉਹ ਤਾਂ ਹੁਣ ਵੀ ਸੁਣਦੇ ਆ, ਪਰ ਜਿਹੜੀ ਅੱਜ ਕੱਲ੍ਹ ਦੀ ਪੀੜ੍ਹੀ ਹੈ ਉਹ ਰੀਮਿਕਸ ਹੀ ਸੁਣਦੇ ਆ, ਉਹਨਾਂ ਨੂੰ ਓਰੀਜਨਲ ਗਾਣਿਆਂ ਦਾ ਨਹੀਂ ਪਤਾ ਕਿ ਪਹਿਲਾਂ ਕੀ ਸੀਗੇ। ਤਾਂ ਮੇਰੀ ਕੋਸ਼ਿਸ਼ ਇਹੀ ਹੈ ਵੀ ਉਹ ਜਿੰਨੀਆਂ ਵੀ ਲੜਕੀਆਂ ਹੁਣ ਗ੍ਰੈਂਡ ਫਿਨਾਲੇ 'ਚ ਜਾ ਰਹੀਆਂ ਨੇ ਕੋਸ਼ਿਸ਼ ਕਰਨ ਵੀ ਉਹ ਸਾਡੇ ਜਿਹੜੇ ਪੁਰਾਣੇ ਗਾਣੇ ਸੀਗੇ ਉਹਨਾਂ 'ਤੇ ਪਰਫੋਰਮ ਕਰਨ ਦੀ ਕੋਸ਼ਿਸ਼ ਕਰਨ, ਤਾਂ ਕਿ ਜਿਹੜਾ ਪੰਜਾਬੀ ਸੱਭਿਆਚਾਰ ਹੈ ਸਾਡਾ ਲੁਪਤ ਹੁੰਦਾ ਜਾ ਰਿਹਾ ਉਹਨੂੰ ਅਸੀਂ ਫਿਰ ਤੋਂ ਦੁਬਾਰਾ ਅੱਗੇ ਲਿਆ ਸਕੀਏ। ਜੀ, ਇਹ ਸਨ ਜੱਜਮੈਂਟ ਦੀ ਭੂਮਿਕਾ ਲਈ ਪਹੁੰਚੇ ਹੋਏ ਹਰਪ੍ਰੀਤ ਕੌਰ ਪਟਿਆਲਾ, ਜਿਨ੍ਹਾਂ ਨੇ ਬਹੁਤ ਬਾਰੀਕੀਆਂ ਤੋਂ ਮੁਟਿਆਰਾਂ ਦੇ ਹੁਸਨ ਨੂੰ ਪਰਖਿਆ, ਮੁਟਿਆਰਾਂ ਦੇ ਟੈਲੈਂਟ ਨੂੰ ਪਰਖਿਆ, ਔਰ ਉਹਨਾਂ ਨੂੰ ਜਿਹੜਾ ਹੈਗਾ ਗ੍ਰੈਂਡ ਫਿਨਾਲੇ ਲਈ ਕੁਝ ਆਪਣੇ ਵਿਚਾਰ ਵੀ ਦਿੱਤੇ। ਕੈਮਰਾਮੈਨ ਰਾਮ ਸਿੰਘ ਗਿੱਲ ਨਾਲ ਬਠਿੰਡਾ ਤੋਂ ਮੈਂ ਹਰਜਿੰਦਰ ਸਿੱਧੂ।